ਪਠਾਣੀ ਲਿਆ ਦੀਏ ਫਿਰ ਨਹੀਂ ਜੀ ਨਹੀਂ ਸਾਨੂੰ ਪਠਾਣੀ ਨਹੀਂ ਪੰਜਾਬੀ ਚਾਹੀਦੀ ਹੈ ਪਿਛਲੇ ਉਮਰੇ ਕੁੱਤਾ ਹੀ ਮੋੜ ਰਿਓ ਫਿਰ ਉਹ ਬੜੇ ਹਰਾਮੀ ਹੋ ਬੇਟਾ ਕੰਮ ਨੇ ਬਾਬਾ ਕੋ ਤੈਨੂੰ ਕੁਵਾਰੀ ਚਾਹੀਦੀ ਹੈ ਕਿ ਕੋਈ ਵਿਆਹੀ ਵਰੀ ਹੋਵੇ ਕੋ ਤਲਾਕ ਹੀ ਆਫਤਾ ਹੋਵੇ ਕਿਦਾਂ ਦੀ ਤੂੰ ਕੁੜੀ ਚਾਹੁੰਦਾ ਈ ਕੋਈ 40 ਕੇ ਸਾਲ ਦੀ ਹੋਵੇ ਯਾਰ ਅੱਛਾ ਦਰ ਤਜਰਬੇ ਨਾਲ ਮਸਲਾ ਚਾਹੀਦਾ ਨੇ ਸਾਨੂੰ ਅੱਛਾ ਬੇ ਤਜਰਬੀ ਹੋਣੀ ਨਾ ਚਾਹੀਦਾ ਬਾਬਾ ਸਮਝ ਰਹੇ ਹੋ ਸਮਝ ਰਹੇ ਗਰੇਜਣੀਆਂ ਨੇ ਤੇਰੀ ਵੀਡੀਓ ਵੇਖਣੀ ਆ ਤੇ ਕੀ ਪਤਾ ਕਿਸੇ ਦਾ ਤੇ ਤੇ ਦਿਲ ਬਹਿਲ ਹੀ ਜਾਵੇ ਤੇ ਬਾਬਾ ਤੈਨੂੰ ਮਾਰੇ ਜਾ ਕੋ ਗਰੇਜਣੀ ਆ ਜੀ ਜਨਾਬ ਨਹੀਂ ਅੰਗਰੇਜ਼ੀ ਦੀ ਲੋੜ ਨਹੀਂ ਐ ਇਹਦੇ ਭਾਰ ਚ ਅਸੀਂ ਨਹੀਂ ਬੱਸਦੇ ਉਹਦੀ ਬੋਲੀ ਦੀ ਸਾਨੂੰ ਸਮਝ ਨਹੀਂ ਆਉਣੀ ਸਾਡੀ ਦੀ ਉਹਨੂੰ ਨਹੀਂ ਆਉਣੀ ਤੇ ਉਹਦੇ ਨਾਲ ਮਜ਼ਾ ਆਏ ਵੀ ਪੰਜਾਬੀ ਨਹੀਂ ਠੀਕ ਜੀ ਤੇ ਉਹਨਾਂ ਵਾਸਤੇ ਤੇਰਾ ਕੀ ਪਗਾਮ ਆ ਉਹਨਾਂ ਵਾਸਤੇ ਹੀ ਪਗਾਮ ਵੀ ਮੇਰੇ ਹੱਕ ਅੰਦਰ ਦੁਆ ਕਰਨ ਫੇ ਬਾਬੇ ਦਾ ਕਿਤੇ ਹੋ ਜਾਏ ਕੀ ਹੋ ਜਾਏ ਜਨਾਜ਼ਾ ਹੋ ਜਾਏ ਜੀ ਲੇ ਬਾਬਾ ਜੀ ਤੁਹਾਨੂੰ ਹੁਣ ਇਸ ਤਰ੍ਹਾਂ ਨਹੀਂ ਤੇ ਲੱਭਣੀ ਨਹੀਂ ਜੀ ਉਹ ਨਹੀਂ ਜੀ ਸਾਡੇ ਵਰਗੀਆਂ ਅਦਕਰ ਬਸੇਰੀਆਂ ਲਗੀਆਂ ਫਿਰਦੀਆਂ ਜਿਹੜੀਆਂ ਤੁਹਾਡੇ ਵਰਗੀਆਂ ਅਦਕਰ ਹਨ ਹਾਂ ਜੀ ਉਹਦੇ ਲੱਤਾਂ ਦਾ ਗੋਡਿਆਂ ਤੋਂ ਰਈਆਂ ਹੁੰਦੀਆਂ ਉਹ ਮੇਰਾ ਮਤਲਬ ਖਿੱਚ ਤੂਗੇ ਸਿੱਧੀਆਂ ਕਰ ਲਈਦੀਆਂ ਉਹ ਤਾਂ ਵੇਖਦਾ ਘੜਦਾ ਬਾਬਾ ਤੇ ਤੂੰ ਇਦਾਂ ਉਹ ਤਾਂ ਬੰਦਾ ਢੱਪ ਘੁੱਟ ਕੇ ਵੀ ਸਿੱਧੀਆਂ ਕਰ ਲੈਂਦਾ ਪੁੱਤਰਾ ਇਹ ਤਾਂ ਗਲੇ ਵਾਲੀ ਗੱਲ ਹੀ ਕੋਈ ਨਹੀਂ ਪਠਾਣੀ ਲਿਆ ਦੀਏ ਫਿਰ ਨਹੀਂ ਜੀ ਨਹੀਂ ਸਾਨੂੰ ਪਠਾਣੀ ਨਹੀਂ ਪੰਜਾਬੀ ਚਾਹੀਦੀ ਹੈ ਪਿਛਲੇ ਉਮਰੇ ਕੁੱਤਾ ਹੀ ਮੋੜੇ ਹੋ ਫਿਰ ਉਹ ਬੜੇ ਹਰਾਮੀ ਹੋ ਬੇਟਾ ਉਹ ਮੈਂ ਕਿਹਾ ਜਨਾਬ ਯਾਰ ਜਿਸਲੇ ਅਸੀਂ ਨਾ ਹੋਵਾਂਗੇ ਤੇ ਫੇ ਕੁੱਤੇ ਮੋੜ ਲਾਂਗੇ ਫੇ ਕੁੱਤੇ ਮੋੜ ਲਾਂਗੇ ਹੁਣ ਵੀ ਪਠਾਣੀ ਲੈ ਆ ਹੁਣ ਵੀ ਤਾਂ ਕੁੱਤੇ ਹੀ ਮੋੜਦੇ ਆ ਐਂਦਾ ਕਰੋ ਹ ਬਾਬਾ ਜੀ ਉਹ ਬਾਬਾ ਮੁੰਡੇ ਕਹਿੰਦੇ ਇੱਕ ਦੁਕਾਨ ਵੇਚ ਕੇ ਤੇ ਪਰ ਪਠਾਣੀ ਲੈ ਆ ਨਾ ਇਹ ਕੰਮ ਨਹੀਂ ਆ ਨਾ ਸੋਹਰਿਆਂ ਦੇ ਜਾਵੇਂ ਨਾ ਆਪਣੇ ਨਾ ਲੈਣੀ ਪੈਸਿਆਂ ਦੀ ਪੈਸਿਆਂ ਦੀ ਤਾਂ ਲੈਣੀ ਨੇ ਨਾ ਅੱਛਾ ਬਾਬਾ ਤੇਰੇ ਨਿਆਣੇ ਗੁੱਸਾ ਨਾ ਕਰ ਜਾਂਦੇ ਤੈਨੂੰ ਇਹ ਨਾ ਹੋਵੇ ਤੈਨੂੰ ਘਰੋਂ ਕੱਢ ਦੇਣ ਮੁੜ ਕੇ ਉਹਨੂੰ ਵਿਚਾਰੀ ਨੂੰ ਆਖਰੀ ਵਾਰ ਲੈ ਫਿਰੇ ਸੜਕਾਂ ਦੇ ਉੱਤੇ ਹੈ ਤੇ ਉਹ ਵੀ ਮੁੜ ਕੇ ਤੂੰ ਜਦੋਂ ਪਰੇਸ਼ਾਨੀ ਬਣੀ ਵਿਆ ਤਾਂ ਬਾਅਦ ਤੇ ਵਕੀਲ ਆਜ ਕਰੇਗਾ ਤੂੰ ਜਨਾਬ ਯਾ ਲਈ ਇਹ ਇਲਾਜ ਤੇ ਹੋਈ ਆ ਵੀ ਇਹ ਰੱਬ ਸਾਨੂੰ ਜੁੜੀ ਸਹੀ ਸਲਾਮਤ ਰੱਖੇ ਤਾਂ ਸਾਨੂੰ ਫਿਕਰ ਵਾਲੀ ਗੱਲ ਕੋਈ ਨਹੀਂ ਤੇ ਜੇ ਵੀ ਟੁੱਟਣਾ ਹੋਇਆ ਤਾਂ ਫੇਰ ਤੇ ਰੱਬ ਦੇ ਕੰਮ ਨੇ ਬਾਬਾ ਕੋ ਤੈਨੂੰ ਕੁਵਾਰੀ ਚਾਹੀਦੀ ਆ ਕਿ ਕੋਈ ਵਿਆਹੀ ਵਰੀ ਹੋਵੇ ਕੋ ਤਲਾਕ ਹੀ ਆਵਤਾ ਹੋਵੇ ਕਿਦਾਂ ਦੀ ਤੂੰ ਕੁੜੀ ਚਾਹੁੰਦਾ ਕੋਈ 40 ਕੇ ਸਾਲ ਦੀ ਹੋਵੇ ਯਾਰ ਅੱਛਾ ਦਰ ਤਜਰਬੇ ਨਾਲ ਮਸਲਾ ਚਾਹੀਦਾ ਨੇ ਸਾਨੂੰ ਅੱਛਾ ਬੇ ਤਜਰਬੀ ਹੋਣੀ ਨਾ ਚਾਹੀਦਾ ਬਾਬਾ ਸਮਝ ਰਹੇ ਹੋ ਸਮਝ ਰਹੇ ਬਾਬਾ ਇਹਨੂੰ ਦੱਸਿਆ ਵਾ ਵੀ ਤੇਰੀ ਵੀਡੀਓ ਵੇਖਦੀਆਂ ਹੋਣੀਆਂ ਵਾ ਕਈ ਅੰਗਰੇਜ਼ਣੀਆਂ ਨੇ ਤੇਰੀ ਵੀਡੀਓ ਵੇਖਣੀ ਆ ਤੇ ਕੀ ਪਤਾ ਕਿਸੇ ਦਾ ਤੇ ਤੇ ਦਿਲ ਬਹਿ ਲੀ ਜਾਵੇ ਤੇ ਬਾਬਾ ਤੈਨੂੰ ਵਾਰੇ ਜਾ ਕੋ ਅੰਗਰੇਜ਼ਣੀ ਆ ਜੀ ਜਨਾਬ ਨਹੀਂ ਅੰਗਰੇਜ਼ੀ ਦੀ ਲੋੜ ਨਹੀਂ ਐ ਇਹਦੇ ਭਾਰ ਚ ਅਸੀਂ ਨਹੀਂ ਫਸਦੇ ਉਹਦੀ ਬੋਲੀ ਦੀ ਸਾਨੂੰ ਸਮਝ ਨਹੀਂ ਆਉਣੀ ਸਾਡੀ ਦੀ ਉਹਨੂੰ ਨਹੀਂ ਆਉਣੀ ਤੇ ਉਹਦੇ ਨਾਲ ਮਜ਼ਾ ਐ ਵੀ ਪੰਜਾਬੀ ਨਹੀਂ ਠੀਕ ਦਨੋ ਉਰਦੂ ਸਿਖਾ ਲੈ ਮੁਰਗੇ ਤੁਹਾਨੂੰ ਉਰਦੂ ਸਿਖਾਉਣਾ ਉਦੋਂ ਨੂੰ ਖਰਿਆ ਕਿਦਦ ਨੂੰ ਜਾਣਾ ਅੰਗਰੇਜ਼ੀ ਨੇ ਤਾਂ ਬਾਹਰ ਵੀ ਲੈ ਜਾਣਾ ਹੀ ਨਾ ਨਾ ਅਸੀਂ ਬਾਹਰ ਤੋਂ ਗੰਗਾਪੁਰ ਚ ਜੰਗੇ ਆ ਅੰਗਰੇਜ਼ੀ ਨਾ ਤੁਹਾਨੂੰ ਪੈ ਜਵੇ ਯਾਰ ਸਾਡੇ ਕੋ ਅੰਗਰੇਜ਼ੀ ਨੇ ਕੀ ਲੈਣਾ ਵੇ ਨਹੀਂ ਜੀ ਅੰਗਰੇਜ਼ੀ ਵੀ ਕੋਈ ਔੜੇ ਹੁੰਦੇ ਆ ਤੈਨੂੰ ਹੁਣ ਵਿਆਹ ਦਾ ਚਾਵਾ ਤੇਰੀ 75 ਸਾਲ ਉਮਰ ਆ 11 ਨਿਆਣਿਆਂ ਦਾ ਤੂੰ ਬਾਪ ਆ ਹਾਂਜੀ ਠੀਕ ਆ ਵਿਚ ਕਈ ਬੰਦੇ ਇਹ ਵੀ ਕਮੈਂਟ ਕਰਨਗੇ ਵੀ ਬਾਬੇ ਦੀ ਹੁਣ ਉਮਰ ਵਿਆਹ ਦੀ ਨਹੀਂ ਹੈਗੀ ਤੇ ਇਹਦੀ ਉਮਰ ਹੁਣ ਦਵਾਈ दारू ਦੀ ਇਹਨੂੰ ਦਵਾਈ ਲੈ ਕੇ ਦੋ ਜਦਾ ਦਿਮਾਗ ਖਰਾਬ ਆ ਤੇ ਉਹਨਾਂ ਵਾਸਤੇ ਕੀ ਕਹੇਗਾ ਤੂੰ ਚਲੋ ਜੀ ਉਹਨਾਂ ਦਾ ਦਿਮਾਗ ਖਰਾਬ ਹੋ ਤੋ ਸਾਨੂੰ ਦਵਾਈ ਲੈ ਕੇ ਦੇਈ ਜਾਣਗੇ ਚਲੋ ਜੀ ਬਾਬਾ ਜੀ ਚਲੋ ਤੁਹਾਡੀ ਸ਼ਾਦੀ ਹੋ ਜAVE ਅੱਲਾ ਨਾ ਕਰੇ ਚਲੋ ਅੱਲਾ ਨਾ ਹੀ ਕਰੇ ਦੁਆ ਮੰਗ ਲੱਲਾ ਕਰੇ ਚਲੋ ਤੇ ਅੱਲਾ ਨਾ ਕਰੇ ਸ਼ਾਦੀ ਤੇ ਆਡੀ ਹੋ ਜਾਈਂ ਹੋ ਅੱਲਾ ਕਰੇ ਸ਼ਾਦੀ ਹੋ ਜਾਵੇ ਸ਼ਾਦੀ ਇੰਨੀ ਠੰਡ ਪੈਣ ਡਈ ਆ ਸਾਹੀ ਕੰਬਣ ਡੇ ਇੱਥੇ ਬੈਠੇ ਇੰਨੀ ਠੰਡਾ ਹੁਣ ਠੀਕ ਆ ਤੇ ਤੈਨੂੰ ਠੰਡ ਠੁੰਡ ਨਹੀਂ ਲੱਗਦੀ ਹੈਗੀ ਮੇਰਾ ਸਰੀਰ ਵੀ ਹਿਲਦਾ ਵੇਖਿਆ ਵੇਖ ਤਾਂ ਸਰੀਰ ਡੰਡੇਰ ਗਾਨੀ ਇਹਦੀ ਬਾਬਾ ਕੀ ਵਜਾ ਵਾ ਹੈ ਇਹਦੀ ਕੀ ਵਜਾ ਹੈ ਆ ਵੀ ਇਸ ਵੇਲੇ ਤੁਸੀਂ ਗੱਲਾਂ ਕਰ ਰਹੇ ਹੋ ਖੂਨ ਬਹੁਤ ਗਰਮ ਹੋ ਗਿਆ ਕੰਟਰੋਲ ਕੰਟਰੋਲ ਨਹੀਂ ਬਾਬਾ ਤੇਰੀ ਬੁੱਢੀ ਨੂੰ ਫੌਤ ਹੋਈ ਨੂੰ 10 ਸਾਲ ਹੋ ਗਏ ਆ ਤੇ ਉਦੋਂ ਦਾ ਦੋ ਰੰਡਾ ਛੜਾਈਆਂ ਤੇ ਉਦੋਂ ਦੀ ਇਹ ਗੱਲ ਚਲਾਈ ਹੁੰਦੀ ਹੁਣ ਨੋ ਭਾਵੇਂ ਕੋ ਟਾਕੀ ਲੱਗ ਵੀ ਜਾਂਦੀ ਇਹ ਕੰਮ ਉਦੋਂ ਦਾ ਚੱਲਦਾ ਹੁੰਦਾ ਤੇ ਖੁਦਾ ਸੇ ਰੜਾਈ ਜਿਹੜੀ ਜਿਹੜੇ ਬੰਦੇ ਤੇਰੀ ਵੀਡੀਓ ਦੇਖਣ ਦੇ ਨੇ ਹਾਂਜੀ ਤੇ ਉਹਨਾਂ ਵਾਸਤੇ ਤੇਰਾ ਕੀ ਪੇਗਾਮ ਆ ਉਹਨਾਂ ਵਾਸਤੇ ਹੀ ਪੇਗਾਮ ਵੀ ਮੇਰੇ ਹੱਕ ਅੰਦਰ ਦੁਆ ਕਰਨ ਫੇ ਬਾਬੇ ਦਾ ਕਿਤੇ ਹੋ ਜਾਏ ਕੀ ਹੋ ਜਾਏ ਜਨਾਜ਼ਾ ਹੋ ਜਾਏ ਜੀ ਨਹੀਂ ਜਨਾਜ਼ਾ ਯਾ ਕਿ ਰੂਲੀ ਕਰਨਾ ਜੇ ਜਨਾਜ਼ਾ ਕਰਨਾ ਤਾਂ ਫਿਰ ਵੀਡੀਓ ਦੇ ਗਾੜੀ ਆਉਣਾ ਸੀ ਸਾਡਾ ਜਨਾਜ਼ਾ ਖਦਾਸੀ ਕਿੰਨੀ ਥਈ ਘਟਕਣਾ ਨਹੀਂ ਕੀ ਹੋ ਜੇ ਮਸਲਨ ਦੱਸ ਖੁੱਲ ਕੇ ਗੱਲ ਕਰ ਯਾਰ ਦੁਆ ਕਰੋ ਮੇਰਾ ਵਿਆਹ ਹੋ ਜਾਏ ਹਾਏ ਓ ਯਾਰ ਬਾਬਾ ਦਵਾ ਕਰੀ ਤੇਰਾ ਵਿਆਹ ਹੋ ਜੇ ਹਾਂਜੀ ਤੇ ਘਰ ਦੇ ਤੇਰੇ ਭਾਵੇਂ ਸਾਡੇ ਮਗਰ ਛੋਟੇ ਲੈ ਕੇ ਭੇਜਿਆ ਤੁਸੀਂ ਇਹਦੇ ਲਈ ਦਵਾਵਾ ਕਾਦੋ ਸ਼ੁਰੂ ਕਰ ਦਿਓ ਤੁਸੀਂ ਆਪਣਾ ਬਚਾਉਂਦੇ ਫਿਰੋ ਆਪਣਾ ਸਾਡਾ ਕੀ ਲੈਣਾ ਉਹ ਟਰੈਕਟਰ ਵੀ ਚਲਾ ਲੈਣਾ ਵਾ ਹਜੇ ਸਾਈਕਲ ਵੀ ਚਲਾ ਲੈਣਾ ਮੇਰੇ ਕੋਲ ਆਪਣਾ ਟਰੈਕਟਰ ਆ ਹਜੇ ਟਰਾਲੀ ਟਰੈਕਟਰ ਹਲਾ ਹਰ ਛੇ ਮੇਰੇ ਕੋ ਆ ਕਾਇਮ ਆ ਬਈ ਅੱਛਾ ਸਾਈਕਲ ਸਾਈਕਲ ਦੀ ਸਵਾਰੀ ਕਰਦਾ ਸਾਈਕਲ ਦੀ ਸਵਾਰੀ ਕਰਦਾ ਕਿਉਂਕਿ ਮੈਂ ਆ ਜਿਹੜਾ ਜਿਹੜਾ ਮੋਟਰਸਾਈਕਲ ਸ਼ੈਤਾਨ ਆ ਇਤੋਂ ਮੈਂ ਜਰਾ ਕ ਡਰਦਾ ਇਹ ਤੋਂ ਕਿਉਂ ਡਰਦਾ ਜਿੱਦੇ ਡਿੱਗੇ ਐਕਸੀਡੈਂਟ ਹੋ ਗਿਆ ਛਿੱਲੇ ਜਾਣਗੇ ਸਾਰੇ ਤੇ 60 ਪੈਣਾ ਹੀ ਨਹੀਂ ਹਟਣਾ ਸਰੀਰ 'ਚ ਆਹਾ ਆਹਾ ਇਹ ਇੱਕ ਨਵਾਂ ਫਰਿਸ਼ਤਾ ਆਇਆ ਸਾਡੇ ਪਾਕਿਸਤਾਨ 'ਚ ਇਹੇ ਤੋਂ ਮੈਂ ਨਹੀਂ ਚਲਾਉਂਦਾ ਤੇ ਮੋਟਰਸਾਈਕਲ ਵੀ ਘਰ ਹੈਗਾ ਅਜਾ 75 ਸਾਲਾਂ ਦੀ ਉਮਰ ਦੇ ਬੰਦੇ ਸੋਟੀ ਨਾ ਤੁਰਦੇ ਨੇ ਤੇ ਬੜਾ ਆਸਤਾ ਆਸਤਾ ਵੇਖ ਵੇਖ ਕੇ ਤੇ ਤੂੰ ਅਜੇ ਸਾਈਕਲ ਤੇ ਚੜ ਕੇ ਸਾਈਕਲ ਚਲੋਣਾ ਸੋਣਾ ਬੜਾ ਟਰੈਕਟਰ ਚਲਾਉਣਾ ਕਦੀ ਤੈਨੂੰ ਖੌਫ ਨਹੀਂ ਆਇਆ ਦਾ ਜੀ ਕੋਈ ਨਹੀਂ ਅੱਲਾਹ ਤਾਲਾ ਦੀ ਰਾਮ ਰਹੀ ਹੈ ਜਿੱਥੋਂ ਇਹ ਕੰਮ ਕਰਨੇ ਸ਼ੁਰੂ ਕੀਤੇ ਆ ਕੋਈ ਖੌਫ ਨਹੀਂ ਆਇਆ ਆਪਣਾ ਨੇਕੀ ਦਾ ਕਮਾਇਆ ਤੇ ਨੇਕੀ ਦਾ ਖਾਦਾ ਔਰ ਜੀ ਨਾਜ਼ਰੀਨ ਤੁਸੀਂ ਬਾਬੇ ਗਨੀ ਮੁਹੰਮਦ ਦਾ ਇੰਟਰਵਿਊ ਇੰਤਹਾਈ ਮਜ਼ੇਦਾਰ ਸੁਣਿਆ ਵਾ ਕਿ 75 ਸਾਲਾਂ ਦੀ ਉਮਰ ਦੇ ਵਿੱਚ ਵੀ ਬਾਬੇ ਨੂੰ ਇਦਾਂ ਲੱਗਦਾ ਕਿ ਮੈਂ ਹਜੇ ਜਵਾਨਾਂ ਦੇ ਵਿਆਹ ਦੇ ਕਾਬਿਲ ਆ ਇਹਨਾਂ ਦੀਆਂ ਮਜ਼ੇਦਾਰ ਗੱਲਾਂ ਤੁਹਾਨੂੰ ਸੁਣਾਈਆਂ ਔਰ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੇ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਇਹਨੂੰ ਅੱਗੇ ਸ਼ੇਅਰ ਕਰੋ ਔਰ ਸਾਡਾ ਚੈਨਲ ਪੰਜਾਬ ਪੁਆਇੰਟ ਸਬਸਕ੍ਰਾਈਬ ਕਰੋ